हाँ जी भी दोस्तों की हाल चाल है, वेरी गुड मॉर्निंग। उम्मीद है कि सारे वधिया होणगे। तो भाई फिलहाल मैं हैगा मोहाली, जिवें कि कल आप गड्डी का काम कुम कराते थे, पर हुण अपनी गड्डी सैट है फिलहाल बाबे की मेहर नाल, पर बहुत वड्डा नुकसान हो गया। तो पर चलो कोई गल नहीं, ये तो सीखण नूं मिलदा है। तो जे अनजाण बंदे होण नाल तो फिर इदां ही हुंदी है, तो काली करदे ने उह, पर चलो हो गया। हुण की कह सकदे, किसे नूं ब्लेम नहीं कर सकते। तो अज का बई साडा शड्यूल हैगा सारा असी चले हैं मानसे, थोड़ा काम है, एक दो उन्होंने विली देनी है, तो जिहड़ी कि कुलविंदर उन्होंने बनाई है मंडी डब वाली तो, एक आरनित बाई को जाना है, तो उन्होंने भी शायद उन्होंने विली दी है, तो उसका भी वीडियो बनावांगे, तो ऑफिशियली मेरे दयागरन ब्लॉग वाले चैनल चलूगा। तो फिलहाल अज अपना मानसे का प्लैन है, तो आप पटियाला वाया होके उ चलेंगे, कुलविंदर हुणी सानू राह च मिलणगे। ਬਈ ਇੱਥੋਂ ਮੈਂ ਹਾਈਵੇ ਛੱਡਤਾ ਲਾਈਕ ਬਠਿੰਡੇ ਵਾਲਾ, ਹੁਣ ਆਪਾਂ ਸਨਾਮ ਹੋ ਕੇ ਮਾਨਸੇ ਜਾਵਾਂਗੇ। ਰੋਟੀ ਖਾਧੀ ਹੈ, ਬਹੁਤ ਵਧੀਆ ਰੋਟੀ ਸੀਗੀ, ਢਾਬਾ ਅੱਛਾ ਸੀ, ਚਾਹ ਬਹੁਤ ਸਵਾਦ ਸੀ ਇਹਨਾਂ ਦੀ। ਤੇ ਜੇ ਲੰਘਦੇ ਹੋਇਆਂ ਨੂੰ ਤੁਸੀਂ ਵੀ ਪੀ ਸਕਦੇ ਹੋ। ਤੇ ਅਸੀਂ ਫਾਈਨਲੀ ਮਾਨਸੇ ਪਹੁੰਚ ਗਏ ਆ, ਕੋਈ 2.5 ਘੰਟੇ ਸਾਨੂੰ ਲੱਗਿਆ ਚੰਡੀਗੜ੍ਹ ਤੋਂ, ਤੇ ਬਾਇਆ ਸਮਾਣਾ ਆਏ ਆ ਅਸੀਂ, ਤੇ ਕਾਫੀ ਅੱਛਾ ਰੋਡ ਹੈ, ਕੋਈ ਪ੍ਰੋਬਲਮ ਨਹੀਂ ਆਈ। ਤੇ ਹੁਣ ਆਪਾਂ ਚੱਲਾਂਗੇ, ਫਿਲਹਾਲ ਆਪਾਂ ਕੁਲਵਿੰਦਰ ਹੁਣ ਦੀ ਵੇਟ ਕਰਦੇ ਆ, ਥੋੜੇ ਲੇਟ ਨੇ ਉਹ, ਵੈਸੇ 10 ਵਜੇ ਟਾਈਮ ਦਿੱਤਾ ਸੀਗਾ, ਤੇ ਹੁਣ ਪਰ ਕਹਿੰਦੇ 11 ਵਜੇ ਤੱਕ ਪਹੁੰਚਾਂਗੇ, ਅੱਧਾ ਘੰਟਾ ਵੇਟ ਕਰਨੀ ਪਊਗੀ, ਪਰ ਚਲੋ ਕੋਈ ਗੱਲ ਨਹੀਂ, ਆਪਾਂ ਕੰਮ ਕਰ ਲਾਂਗੇ ਨਜ਼ਰ। ਤੇ ਬਾਕੀ ਰੋਡ ਸੋਹਣਾ ਹੈ। ਤੇ ਦੋਸਤੋ ਸਾਹਮਣੇ ਬੋਰਡ ਲੱਗਿਆ ਹੋਇਆ, ਇੱਥੋਂ ਮਾਨਸਾ 5 ਕਿਲੋਮੀਟਰ ਹੀ ਹੈ ਸਿਰਫ, ਆਪਾਂ ਲੈਫਟ ਹੈਂਡ ਸਾਈਡ ਮੁੜ ਜਾਣਾ, ਸਰਸਾ 75 ਹੈ, ਅਬੋਹਰ 131, ਬਠਿੰਡਾ 53 ਤੇ ਬਰਨਾਲਾ 44, ਲੁਧਿਆਣਾ 122, ਤੇ ਇਹ ਸਾਹਮਣੇ ਆ ਗਿਆ ਵੀ ਮੇਨ ਚੌਂਕ। ਦੋਸਤੋ ਆਪਾਂ ਆਰਨਿਤ ਬਾਈ ਵੱਲ ਜਾ ਰਹੇ ਹਾਂ, ਜਿਹੜੀ ਉਹਨਾਂ ਨੇ ਵਿੱਲੀ ਬਾਏ ਕੀਤੀ ਆ, ਆਪਾਂ ਉਹਨਾਂ ਨੂੰ ਦੇ ਕੇ ਆਵਾਂਗੇ ਤੇ ਉਹਨਾਂ ਦੇ ਘਰੇ, ਤੇ ਆ ਜਾਓ ਚੱਲਦੇ ਹਾਂ। ਤੇ ਬਹੁਤ ਸੋਹਣੀ ਤਿਆਰ ਹੋਈ ਹੋਈ ਹੈ, ਤੇ ਬਾਕੀ ਤੁਹਾਨੂੰ ਡਿਟੇਲ ਅਸੀਂ ਦਿੰਦੇ ਹਾਂ ਅੱਗੇ ਅੱਗੇ। ਬਈ ਇੱਧਰ ਮੇਰੇ ਹਿਸਾਬ ਨਾਲ ਨਾ ਜ਼ਿਆਦਾ ਕਪਾਹ ਵਗੈਰਾ ਹੁੰਦੀ ਹੈ, ਕਿਉਂਕਿ ਝੋਨਾ ਮੈਨੂੰ ਬਹੁਤ ਹੀ ਵਿਰਲਾ ਲੱਭ ਰਿਹਾ, ਕਿਤੇ ਹੈ ਹੀ ਨਹੀਂ, ਅਤੇ ਪੈਲੀਆਂ ਵੀ ਖਾਲੀ ਪਈਆਂ ਨੇ। ਅਤੇ ਮੇਰੇ ਹਿਸਾਬ ਨਾਲ ਇਹ ਮਾਨਸੇ ਏਰੀਏ ਜ਼ਿਆਦਾ ਝੋਨਾ ਝਾਨਾ ਨਹੀਂ ਲਾਉਂਦੇ, ਬਾਕੀ ਥੋੜ੍ਹਾ ਲੱਗਾ ਵੀ ਹੋਇਆ ਪਿੰਡ ਦੇ ਲਾਗੇ ਬੰਨੇ, ਪਰ ਜ਼ਿਆਦਾ ਕਪਾਹ ਹੀ ਲੱਗਦੀ ਆ ਮੈਨੂੰ, ਅਤੇ ਇਹ ਸਾਰੇ ਕਪਾਹ ਦੇ ਫੁੱਲ ਲੱਗਦੇ ਆ ਮੈਨੂੰ। ਅਤੇ ਬਾਈ ਜਿਹੜਾ ਆਰਨੇ ਦਾ ਪਿੰਡ ਆ, ਉਹਦਾ ਨਾਮ ਹੈਗਾ ਧਰਮਪੁਰਾ, ਅਤੇ ਇਹ ਮਾਨਸੇ ਜ਼ਿਲ੍ਹੇ 'ਚ ਹੀ ਪੈਂਦਾ, ਅਤੇ ਥੋੜ੍ਹਾ ਹੀ ਮਤਲਬ ਲਾਈਕ ਮਾਨਸੇ ਤੋਂ ਆਲਮੋਸਟ ਸਿਟੀ 'ਚੋਂ ਕੋਈ 35-40 ਕਿਲੋਮੀਟਰ ਹਟਵਾਂ, ਅਤੇ ਪਰ ਰਾਹ ਵਧੀਆ ਬਣੇ ਹੋਏ ਆ, ਰੋਡਸ ਇੱਧਰ ਅੱਛੇ ਨੇ, ਪਰ ਹਾਂ ਉਹੀ ਝੋਨਾ ਵਗੈਰਾ ਘੱਟ ਲੱਗਦਾ, ਅਤੇ ਉੱਚੇ ਨੀਵੇਂ ਨੇ, ਥੋੜ੍ਹੀ ਟਿੱਬੇ ਦਾ ਆਪਣੇ ਗੁਰਦਾਸਪੁਰ ਏਰੀਏ ਜਾਂ ਅੰਮ੍ਰਿਤਸਰ ਏਰੀਏ ਥੋੜ੍ਹੇ ਪਲੇਨ ਨੇ, ਅਤੇ ਪਰ ਇੱਧਰ ਸੜਕਾਂ ਸੋਹਣੀਆਂ ਬਣੀਆਂ ਹੋਈਆਂ ਨੇ। ਉਸ ਤੋਂ ਫਾਈਨਲੀ ਆਪਾਂ ਪਹੁੰਚ ਗਏ ਆਰਨਿਤ ਦੇ ਪਿੰਡ, ਅਤੇ ਕੀ ਹਾਲ ਹੈ ਗੁਰਿੰਦਰ? ਠੀਕ ਠਾਕ ਹੈ, ਬਹੁਤ ਲੇਟ ਪਹੁੰਚਿਆ ਹੁੰਦਾ ਹੈ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ? ਪਹੁੰਚਦੇ ਆ। ਬਾਈ ਅਸੀਂ ਬਰਨਾਲੇ ਪਹੁੰਚ ਗਏ ਫਾਈਨਲੀ, ਤੁਸੀਂ ਦੇਖ ਸਕਦੇ ਹੋ ਉੱਥੇ ਸਿਟੀ ਜਿਹੜੀ ਹੈ 3 ਕਿਲੋਮੀਟਰ ਅੰਦਰ ਆ, ਲੁਧਿਆਣਾ 83 ਅਤੇ ਬਠਿੰਡਾ 69, ਇਹ ਉੱਪਰ ਹਾਈਵੇ ਆ,
ਹੁਣ ਆਪਾਂ ਇੱਥੋਂ ਜਾਵਾਂਗੇ ਰਾਈਟ ਹੈਂਡ ਸਾਈਡ ਕਿਉਂਕਿ ਜਾਂ ਆਪਾਂ ਸਿੱਧੇ ਵੀ ਲੰਘ ਸਕਦੇ ਹਾਂ ਕਿਉਂਕਿ ਆਪਣਾ ਹਾਈਵੇ ਅਗਲੇ ਰੋਡ ਦੇ ਉੱਤੇ ਹੈ ਅਤੇ ਬਹੁਤ ਹੀ ਵਧੀਆ ਹਾਈਵੇ ਹੈ ਅਤੇ ਸੜਕਾਂ 'ਤੇ ਤਾਂ ਵੈਸੇ ਵੱਟ ਕੱਢਦੇ ਇੱਧਰ ਬਸੂਸ ਨਹੀਂ ਹੁੰਦਾ ਅਤੇ ਫਾਈਨਲੀ ਵੀ ਦੋਸਤੋ ਅਸੀਂ ਪਹੁੰਚ ਚੁੱਕੇ ਹਾਂ ਆਲਮੋਸਟ ਸਾਨੂੰ 2.5 ਘੰਟੇ ਲੱਗੇ ਨੇ ਮੂਸੇ ਤੋਂ ਆਪਾਂ ਨੂੰ ਅੰਮ੍ਰਿਤਸਰ ਦੇ ਸਾਹਮਣੇ ਹਾਈਵੇ ਆ ਗਿਆ ਇਹ ਮਤਲਬ ਦਿੱਲੀ ਜਲੰਧਰ ਅੰਮ੍ਰਿਤਸਰ ਵਾਲਾ ਅਤੇ ਰਾਹ ਬਹੁਤ ਸਾਫ਼ ਸੀਗਾ ਅਤੇ ਬਹੁਤ ਵਧੀਆ ਸੀ ਅਤੇ ਫਿਲਹਾਲ ਹੁਣ ਆਪਾਂ ਪਹੁੰਚ ਜਾਵਾਂਗੇ ਅੰਮ੍ਰਿਤਸਰ ਕਿ ਸਾਰਿਆਂ ਨੇ ਵਲੋਗ ਬਹੁਤ ਇੰਜੋਏ ਕੀਤਾ ਹੋਣਾ ਅਤੇ ਬਾਕੀ ਹੁਣ ਆਪਾਂ ਕੱਲ੍ਹ ਨੂੰ ਮਿਲਦੇ ਹਾਂ ਨਵਾਂ ਦਿਨ ਨਵਾਂ ਵਲੋਗ ਲੈ ਕੇ ਜਿਹਨਾਂ ਨੇ ਚੈਨਲ ਫੋਲੋ ਨਹੀਂ ਕੀਤਾ ਹੋਇਆ ਜ਼ਰੂਰ ਕਰ ਲਿਓ ਕਿਉਂਕਿ ਇੱਦਾਂ ਨਿੱਕੀ ਨਿੱਕੀ ਇਨਫੋਰਮੇਸ਼ਨ ਮੈਂ ਦਿੰਦਾ ਰਹਿੰਦਾ ਵੀਡੀਓਜ਼ ਦੇ ਵਿੱਚ ਅਤੇ ਹਾਂ ਕਈ ਵਾਰੀ ਕੁਛ ਵਧੀਆ ਸਟੱਫ ਵੀ ਹੁੰਦਾ ਅਤੇ ਮੈਨੂੰ ਬਹੁਤ ਕੰਮ ਹੈ ਜਿਹੜਾ ਵਲੋਗ ਵੀ ਲੇਟ ਹੋ ਗਿਆ ਆਪਾਂ ਐਡਿਟ ਕਰਨਾ ਮੇ ਵੀ ਅੱਜ 9-10 ਵਜੇ ਲਾਈਵ ਹੋਊਗਾ ਕਿਉਂਕਿ ਜਿਹੜਾ ਦਿਆ ਕਿ ਵਲੋਗ ਸੀਰੀਜ਼ ਚੱਲ ਰਹੀ ਹੈ ਲਦਾਖ ਵਾਲੀ ਫਿਰ ਸਾਰਾ ਦਿਨ ਟਰੈਵਲਿੰਗ 'ਚ ਸੀਗਾ ਸਵੇਰ ਦਾ 6 ਵਜੇ ਦਾ ਉੱਠਿਆ ਹੋਇਆ ਬਾਈ ਮੈਂ ਅਤੇ ਬਾਕੀ ਚਲੋ ਆ ਜਾਓ ਹੁਣ ਆਪਾਂ ਫਾਈਨਲੀ ਪਹੁੰਚ ਗਏ ਆਪਣੇ ਟਿਕਾਣੇ 'ਤੇ ਕੱਲ੍ਹ 2 ਦਿਨ ਕੰਮ ਆ ਆਪਾਂ ਨੂੰ ਅਤੇ